अस्सलाम वालेकुम मेरे नाज़रीन, आज साड़ी वीडियो दा टॉपिक है फील्ड दे वाले नाल। अपने जिम्मेदार भाइयों को जा रहे हैं फील्ड वास्ते। अमर दास शामी साहब ने मेरे नाल, अमदा राव साहब ने, मुख्तार जुड़िया साहब ने मेरे नाल, इंशाल्लाह असीं विजिट करांगे अपनी फील्डा दा और जिम्मेदार भाइयों दा, उन्हां दी फसल देखांगे की कर रहे हैं। अस्सलाम वालेकुम मेरे नाज़रीन, अज मेरी फील्ड दे विजिट है अपने जिम्मेदार भी ने के नमन दर्शन कलिया साहब उनकी फील्ड चीज मौजूद है। उन्होंने माशाल्लाह से काफी सारी चीजें इस्तेमाल कराइया ने। सब तो पहला इन्होंने इस्तेमाल असं कराया से नाइट्रोफास DAP चीज हो गई, उस तो बाद इस्तेमाल कराई जिंग वगैरह इस्तेमाल कराई, लेकिन आखिर तो इन्होंने एक मसला से यार साड़ी कणक टाइम नाल ही सिटा कढ़ी जाती है, तो उन्होंने वास्ते असं एक चीज इस्तेमाल कराई पोटाश लिक्विड इस्तेमाल कराई। माशाल्लाह देखो ये बाद फर्क देखो उस पोटाश का, पहले तो दोनों पोटाश करा दी पोटाश कि इस्तेमाल की है। देखो पोटाश इस्तेमाल की है फेवरेट की रेड कैमिकल की कंपनी है नई सुबह की, और इन्होंने भाई सेल अफसर है भाई अस शामी साहब जो मेरे को खड़े ने, इन्होंने बाद दसन गए पहले दोनों दिखा दी कि फेवरेट ने कमाल की किया है। सुनिए देखो भी ये भाई का है इतने सवा किला, इन्हें सवा किले इस्तेमाल की है। इस तो इधर उधर इधर कलर दिखाई भाई ਅਦਰ ਕਲਰ ਦੇਖ ਲੈ ਵੀ ਕਲਰ ਬਿਲਕੁਲ ਬਲੈਕ ਸਿਆਹ ਕਲਰ ਹੈ, ਤੇ ਉਸ ਬਾਅਦ ਕਣਕ ਅੱਜ 15-20 ਦਿਨ ਪਹਿਲੇ ਸਿੱਟੇ ਦਾ ਹੀ ਖੜੀ ਸੀ, ਲੇਕਿਨ ਸਿੱਟੇ ਤੋਂ ਹੀ ਰੁਕ ਚੁੱਕੀ ਹੈ ਇਸ ਟਾਈਮ, ਤੇ ਕਲਰ ਵੀ ਅੱਛਾ ਹੈ ਬਿਹਤਰੀਨ ਖੜੀ ਹੈ। ਲੇਕਿਨ ਆਹ ਦੇਖੋ ਇਸ ਤੋਂ ਅੱਗੇ 11 ਸੀ ਜਿਹੜਾ, ਇੱਕ ਤਾਂ ਨਹੀਂ ਹੋਈ ਸਪਰੇ, ਤੇ ਇਸ 11 ਦਾ ਕਲਰ ਹੀ ਤਕਰੀਬਨ ਚੇਂਜ ਲੱਗ ਰਿਹਾ। ਇਹ ਭਾਈ ਨੇ ਮੈਨੂੰ ਇੱਕ ਸਵਾਲ ਦੱਸਿਆ ਵੀ ਤੂੰ ਇਹ ਦੱਸ ਵੀ ਤੇਰੀ ਪੋਟਾਸ਼ ਇੱਥੇ 1.25 ਕਿਲੋ ਦੀ ਕਿਹੜੀ ਸਾਈਡ ਤੇ ਹੈ, ਤੇ ਮੈਂ ਦੱਸੀ ਇਹ ਆਪ ਕਿ ਮੈਂ ਕਿਹਾ ਇਸ ਕਰੇ ਚ ਪੋਟਾਸ਼ ਨਹੀਂ ਹੈ, ਬਾਅਦ ਹਰ ਬੰਦੇ ਦੱਸ ਰਹੀ ਹੈ ਕਿ ਇਸ ਕਰੇ ਆ ਕੇ ਪੋਟਾਸ਼ ਨਹੀਂ ਹੈ, ਤੇ ਇਸ ਕਿਲੇ ਤੇ ਹੈ। ਇਹ ਬਿਹਤਰ ਜਿਹੜੀ ਅੱਛੀ ਕੰਪਨੀ ਹੁੰਦੀ ਹੈ, ਅੱਛੀ ਚੀਜ਼ ਹੁੰਦੀ ਹੈ, ਉਹ ਅੱਜ ਆਪ ਵਾਧਾ ਫਰਕ ਮਹਿਸੂਸ ਕਰਾ ਦਿੰਦੀ। ਤੇ ਹੁਣ ਤੁਹਾਨੂੰ ਮਜ਼ੀਦ ਇਹਦੇ ਵਾਸਤੇ ਮੇਰੇ ਭਾਈ ਸੇਲ ਅਫਸਰ ਅਸ ਸ਼ਮੀ ਸਾਹਿਬ ਦੱਸਣਗੇ ਵੀ ਮਜ਼ੀਦ ਇਹਦੇ ਵਾਸਤੇ ਕੀ ਕਰਨਾ ਚਾਹੀਦਾ। ਭਾਈ ਐਗਜ਼ੈਕਟ ਕੈਮੀਕਲ ਦੀ ਇਹਨਾਂ ਨੇ ਪੋਟਾਸ਼ ਕੀਤੀ ਹੈ, ਗੱਲਾਂ ਨਹੀਂ ਸਿਰਫ ਅਮਲੀ ਅਸੀਂ ਇਹਦਾ ਰਿਜ਼ਲਟ ਵਿਖਾ ਰਹੇ ਹਾਂ। ਭਾਈ ਅਰਸ਼ਦ ਕਹਿ ਰਹੇ ਸੀ ਕਿ 1 ਕਿੱਲੇ ਤੇ ਕਰਾਂਗਾ, ਇਹਨਾਂ ਨੂੰ 1 ਕਿੱਲੇ ਤੇ ਕਰਵਾਈਏ, ਤੇ ਆ ਇਹ ਫਸਲ ਦਾ ਨਾੜੂ ਜਿਹੜਾ ਮੋਟਾ ਹੈ ਤੋਂ ਇੱਥੇ ਅਸੀਂ 1 ਕਿੱਲੇ ਤੇ ਭਾਈ ਅਰਸ਼ਦ ਨੂੰ ਪੋਟਾਸ਼ ਕਰਾਈਏ। 1 ਕਿੱਲੇ ਦਾ ਜਿਹੜੀ ਗੰਦਮ ਖੜੀ ਹੈ ਇਸ ਟਾਈਮ ਇਹਦਾ ਨਾੜੂ ਵੀ ਮੋਟਾ ਹੈ ਔਰ ਇਹਦਾ ਕਲਰ ਵੀ ਚੇਂਜ ਕਰ ਗਈਏ। ਅਸੀਂ ਆਪਣੇ ਭਾਈ ਅਰਸ਼ਦ ਨੂੰ ਪੁੱਛਨੇ ਆ ਕਿ ਸਾਡੇ ਜ਼ਮੀਂਦਾਰ ਸਾਡੀ ਫੇਵਰੇਟ ਪੋਟਾਸ਼ ਤੋਂ ਮੁਤਮਿਨ ਨੇ ਜੀ, ਭਾਈ ਦੱਸੋ ਤੁਸੀਂ ਕੀਤੀ। ਅਸਲਾਮ ਅਲੈਕੁਮ ਭਾਈ ਜਾਨ, ਇਹ ਜੀ ਤੁਹਾਡੇ ਅੱਖਾਂ ਦੇ ਸਾਹਮਣੇ ਹਾਲਾਤ ਹੈ ਜੀ। ਮੈਂ 1 ਕਿੱਲੇ ਤੇ ਲਿਆ ਕੇ ਕੀਤੀ ਹੈ ਤੇ ਐਸ ਕੱਚਾ ਜਿਹੜਾ ਹੈਗਾ 2 ਕਰ ਇਹਨਾਂ ਨੇ ਕੀਤੀ, ਮੈਂ ਜੀ ਮੈਂ ਇਹਦਾ ਰਿਜ਼ਲਟ ਚੈੱਕ ਕਰਾਂਗਾ। ਫਿਰ ਮਾਸ਼ਾਅੱਲਾ ਜੀ 15 ਦਿਨ ਹੋ ਗਏ ਤੇ ਕਣਕ ਵਾਜਾ ਦੱਸ ਰਹੀ ਹੈ ਕਿ ਐਸ ਕੱਚੇ ਮੈਂ ਸਪਰੇ ਹੋਇਆ ਤੇ ਐਸ ਕੱਚੇ ਨਹੀਂ ਹੋਇਆ। ਮਜ਼ੀਦ ਤੁਹਾਨੂੰ ਸੁਰਤਿਆਲ ਅੱਖਾਂ ਵੇਖ ਦਿਖਾ ਰਹੇ ਜੀ। ਠੀਕ ਹੈ ਭਾਈ, ਇਹ ਤੁਹਾਨੂੰ ਪਹਿਲਾਂ ਦੱਸ ਰਿਹਾ ਸੀ ਜਿਹੜੀ ਅੱਛੀ ਕੰਪਨੀ ਉਹ ਬਾਅਦ ਜ਼ਿਆਦਾ ਫਰਕ ਮਹਿਸੂਸ ਕਰਾਉਂਦੀ ਹੈ ਅਸੀਂ ਕੀ ਕੀਤਾ ਤੇ ਕੀ ਨਹੀਂ ਕੀਤਾ। ਔਰ ਮੇਰੇ ਬਕਾਇਆ ਜਿਹੜੇ ਜ਼ਿੰਮੇਦਾਰ ਭਾਈਆਂ ਨੇ ਅਲਤਮਾਸ ਤੋਂ ਉਹ ਵੀ ਲਾਜ਼ਮੀ ਪੋਟਾਸ਼ ਇਸਤੇਮਾਲ ਕਰਨ ਔਰ ਆਪਣਾ ਵਜ਼ਨ ਵਧਾਉਣ, ਤੇ ਗੁਜ਼ਾਰਿਸ਼ ਇਹਨਾਂ ਵਾਸਤੇ। ਮਜ਼ੀਦ ਪਰੇਸ਼ਾਨ ਨਾ ਕਰੋ। ਨੰਬਰ 2 ਗੱਲ ਐਗਜ਼ੈਕਟ ਕੈਮੀਕਲ ਦੇ ਮਾਲਕ ਨੇ ਅਜ਼ਮਾ ਚੀਮਾ ਸਾਹਿਬ, ਚੀਮਾ ਸਾਹਿਬ ਦਾ ਵਿਜ਼ਨ ਹੈ ਕਿ ਮਿਆਰ ਤੇ ਕਿਸਾਨ ਦਾ ਇਤਮਾਦ। ਦੇਖੋ ਤੁਸੀਂ ਅੱਜ ਕਿਸਾਨ ਸਾਡੇ ਤੇ ਇਤਮਾਦ ਕਰ ਰਿਹਾ ਹੈ, ਇਨਸ਼ਾਅੱਲਾ ਐਗਜ਼ੈਕਟ ਕੈਮੀਕਲ ਮਜ਼ੀਦ ਸਾਡਾ ਮਕਸਦ ਦਵਾਈ ਵੇਚਣਾ ਨਹੀਂ, ਕਿਸਾਨ ਦਾ ਫਾਇਦਾ ਚਾਹਣਾ ਹੈ। ਅਸੀਂ ਇਨਸ਼ਾਅੱਲਾ ਕਿਸਾਨ ਦਾ ਫਾਇਦਾ ਐਗਜ਼ੈਕਟ ਕੈਮੀਕਲ ਨਹੀਂ ਸੁਬਾ ਕਰਦੀ ਰਹੇਗੀ ਇਨਸ਼ਾਅੱਲਾ ਜੀ। ਠੀਕ ਹੈ ਮੇਰਾ ਨਾਜ਼ਰੀਨ, ਇਨਸ਼ਾਅੱਲਾ ਦੋਨਾਂ ਸੇ ਨਾਜ਼ਰੀਨ ਦੇ ਬਾਰੇ ਜੋ ਵੀ ਹੋਇਆ ਅਪਡੇਟ ਦਿੰਦੇ ਰਵਾਂਗੇ। ਮੇਨ ਦੇ ਕਿ ਤੁਸੀਂ ਇਸ ਨੂੰ ਚੀਜ਼ ਨੂੰ ਸਾਡੀ ਰਾਜ ਨੂੰ ਪਸੰਦ ਕਰੋਗੇ ਔਰ ਵੀਡੀਓ ਆਖਰ ਵਿੱਚ ਇੱਕ ਤੁਸੀਂ ਇਨਸ਼ਾਅੱਲਾ ਮਿਹਰਬਾਨੀ ਕੀਤਾ ਕਰੋ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਵੀ ਕਰਤਾ ਕਰੋ। ਇਹਦਾ ਇਹ ਫਾਇਦਾ ਹੁੰਦਾ ਕਿ ਅਕਸਰ ਜਿਹੜੇ ਜ਼ਿੰਮੇਦਾਰ ਭਾਈਆਂ ਨਹੀਂ ਪਤਾ ਹੁੰਦਾ ਉਹਨਾਂ ਤੱਕ ਸਾਡੀ ਇਹ ਬਿਹਤਰ ਚੀਜ਼ ਪਹੁੰਚ ਜਾਂਦੀ। ਓਕੇ, ਖੁਦਾ ਹਾਫਿਜ਼।